ਦੋਸਤੋ ਸਾਰਿਆਂ ਨੂੰ ਜੀ ਆਇਆਂ ਨੂੰ ਸੁਖ ਜੀਵਨ ਸਿਫਰੋ ਵਿਖੇ ਤੇ ਅੱਜ ਆਪਾਂ ਹੈਗੇ ਆ ਜੀ ਇੱਕ ਖਾਸ ਨਵੀਂ ਜਗ੍ਹਾ ਤੇ ਨਵੇਂ ਪਿੰਡ ਤੇ ਜੇ ਕੋਈ ਇੱਧਰ ਆਇਆ ਆ ਜਾਂ ਬਾਈ ਜੀ ਹੁਣਾਂ ਨੂੰ ਦੇਖ ਕੇ ਪਛਾਣ ਸਕਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਕਿਹੜੀ ਜਗ੍ਹਾ ਹੈਗੇ ਆ। 1948 1948 ਦੀ ਹੈ ਜੀ, 1948 ਸ਼ੁਰੂ ਕੀਤਾ ਤੇ ਹੁਣ 73 ਸਾਲ ਹੋ ਗਏ ਆ ਜੀ। ਹਾਂਜੀ ਇਹ ਇਮਲੀ ਦੀ ਆ, ਇਮਲੀ ਦੀ ਆ ਜੀ, ਗੋੜਾ ਰੇ ਇਮਲੀ ਗੋੜ ਦੇ ਇਮਲੀ ਦੀ ਆ। ਹਾਂਜੀ ਠੀਕ ਹੈ ਜੀ, ਬੀਏ ਪਾਸ ਕਰ ਲਈ ਸੀ 80 ਦੇ ਵਿੱਚ। 1980 ਤੁਸੀਂ ਬੀਏ ਪਾਸ ਕਰ ਲਈ ਸੀ? ਹਾਂਜੀ। ਕੀ ਬਾਤ ਹੈ, ਮੇਰੇ ਕਿਹਾ 80 ਦੇ ਵਿੱਚ ਬੀਏ ਤਾਂ ਕੋਈ ਟਾਵਾ ਟਾਵਾ ਹੀ ਸੀਗਾ। ਹਾਂਜੀ ਉਹੀ ਆ। ਕਿਆ ਬਾਤ ਹੈ ਜੀ, ਭਾਗਾ ਪਕੌੜਿਆਂ ਵਾਲਿਆਂ ਦੀ ਪੁਰਾਣੀ ਮਸ਼ਹੂਰ ਹੱਟੀ ਹੈ ਜੀ। ਇੱਧਰ ਆ ਭੱਠੀ ਜਿਹੜੀ ਇਹ ਉਸੇ ਟਾਈਮ ਦਾ ਹੀ ਜੀ ਸਾਰਾ ਸਿਸਟਮ, ਭਾਂਡੇ ਜਿਹੜੀ ਕੜਾਈ ਸਾਰਾ ਉਸੇ ਟਾਈਮ ਦਾ ਜੀ। ਉਸੇ ਟਾਈਮ ਠੀਕ ਹੈ ਜੀ, ਠੀਕ ਹੈ। ਕੀ ਰੇਟ ਕੀ ਹੁੰਦੇ ਆ ਜਿਦਾਂ ਮਿਕਸ ਪਕੌੜਾ, ਕੀ ਰੇਟ ਹੈਗਾ ਜੀ? ਚੁੱਲ੍ਹਾ ਬਾਲਦੇ ਆ, ਗੈਸ ਬਾਲਦੇ ਨਹੀਂ। ਠੀਕ ਹੈ, ਚੁੱਲ੍ਹੇ ਤੇ ਸਾਰਾ ਦੇਖੋ ਆ ਭੱਠੀ ਆ, ਇੱਥੇ ਕੰਮ ਸਾਰਾ ਹੁੰਦਾ ਹੈ ਜੀ। ਆਪਣੇ ਦੇਖੋ ਜੀ ਪੰਜਾਬ ਦੇ ਪੁਰਾਣੇ ਇਹ ਕਿੱਤੇ ਹੈਗੇ ਆ ਜਿਹੜੇ ਕਿ ਬਾਈ ਜੀ ਹੁਣੀ ਸਾਂਭਿਆ ਹੋਇਆ। ਤੀਜੀ ਪੀੜ੍ਹੀ ਆ ਗਈ ਇਸ ਕੰਮ ਦੀ? ਹਾਂ ਤੀਜੀ ਪੀੜ੍ਹੀ ਆ ਗਈ ਹੈ। ਮਾਹਾਂ ਮੇਰੇ ਡੈਡੀ ਹੁਣੀ ਬਹੁਤ ਟਾਈਮ ਦੇ ਹੋਏ ਨੇ ਇਹਨਾਂ ਕੋਲੇ। ਅੱਛਾ ਹਾਂਜੀ ਹਾਂਜੀ, ਯਾਨੀ ਕਿ 10-20 ਸਾਲ ਦਾ ਹੋ ਗਿਆ ਉਹਨਾਂ ਨੂੰ ਆਉਂਦਿਆਂ ਨੂੰ। ਅੱਛਾ ਜੀ, ਇੱਥੇ ਹੀ ਆਉਂਦਾ ਸਮਾਨ ਪੱਕਾ ਜੋ ਵੀ ਇੱਥੇ ਜਾਂਦਾ ਜੀ। 40 ਸਾਲ ਤੋਂ ਇੱਥੇ ਆ ਰਹੇ ਹਾਂ ਜੀ। ਤੁਸੀਂ 40 ਸਾਲ ਤੋਂ ਇੱਥੇ ਆ ਰਹੇ ਜੀ? 20 ਕਿਲੋਮੀਟਰ ਆ ਜੀ ਸਾਡਾ ਪਿੰਡ ਇੱਥੋਂ। ਇੱਥੋਂ 28 ਕਿਲੋਮੀਟਰ ਪੈਂਦਾ ਜੀ। 28 ਕਿਲੋਮੀਟਰ ਤੇ ਪਕੌੜੇ ਇੱਥੋਂ ਲੈ ਕੇ ਜਾਣੇ ਆ ਜੀ ਜਦੋਂ ਆਉਂਦੇ ਆ ਲੈ ਕੇ ਜਾਣੇ। ਕੀ ਬਾਤ ਹੈ ਜੀ, ਰੌਣਕ ਇੱਧਰ ਹਮੇਸ਼ਾ ਲੱਗੀ ਰਹਿੰਦੀ ਹੈ ਜੀ। ਸਰ ਸਭ ਆਉਂਦੇ ਰਹਿੰਦੇ ਜੀ ਪੱਕਾ ਰੈਗੂਲਰ? ਕਿਆ ਬਾਤ ਹੈ ਜੀ, ਦੇਖੋ ਜੀ ਜਿੱਥੇ ਤੋਂ ਬੱਚੋ ਸਾਲਾਂ ਦੀ ਆ ਰਿਹਾ ਜੀ। ਕਿਆ ਬਾਤ ਹੈ ਜੀ, ਆਹ ਪੁਰਾਣੀ ਲੁੱਕ ਹੈ ਦੇਖੋ, ਤੁਸੀਂ ਦੇਖ ਸਕਦੇ ਆ ਪੁਰਾਣੇ ਆਪਣੇ ਬਾਜ਼ਾਰਾਂ ਦੀ ਲੁੱਕ ਹੈ ਜੀ। ਆਹ ਪੂਰੀ ਦੇਖ ਸੇ ਦੇਖ ਸਕਦੇ ਆ, ਮਲੌਬ ਦਾ ਸਰਦਾਰ ਮਲੌਬ ਦੇ ਦਰਵਾਜ਼ੇ ਦੇ ਵਿੱਚ ਬੈਠੇ ਆ ਜੀ, ਇਹਨਾਂ ਦੀ ਦੁਕਾਨਾਂ ਨੇ ਜੀ। ਅੱਛਾ ਜੀ ਠੀਕ ਹੈ, ਸਰਦਾਰ ਸਾਹਿਬ ਨੇ ਜੀ ਇਹ। ਠੀਕ ਹੈ ਜੀ ਜੀ, ਇਹਨਾਂ ਦੀ ਆਪਣੇ ਮੇਨ ਬਾਜ਼ਾਰ ਦੇ ਵਿੱਚ ਬੈਠੇ ਆ। ਠੀਕ ਹੈ ਜੀ, ਮੇਨ ਬਾਜ਼ਾਰ ਚ ਹੈ ਕਹਿੰਦੇ ਆ, ਪੁਰਾਣਾ ਦਰਵਾਜ਼ਾ ਹੈ ਜੀ ਆ, ਤੁਸੀਂ ਦੇਖ ਸਕਦੇ ਆ ਪੁਰਾਣਾ ਗੇਟ ਉਹਦੇ ਵਿੱਚ ਬੈਠੇ ਨੇ ਜੀ, ਤੇ ਇਹ ਵੀ 60 ਸਾਲ ਤੋਂ ਪੁਰਾਣੇ ਹੈਗੇ ਤੇ ਬੈਠੇ। ਬਹੁਤ ਨਿਗਾਹ ਦਾ ਕੰਮ ਹੈ ਜੀ, ਮੇਰੀ ਨਿਗਾਹ ਬਿਲਕੁਲ ਠੀਕ ਹੈ ਜੀ। ਅੱਛਾ ਜੀ, ਤੇ ਦਾ ਰਾਜ ਜੀ ਖਾਦਾ ਖਾਣਾ ਜੀ, ਸਾਦੀ ਖੁਰਾਕ ਘਰ ਦੀ ਖੁਰਾਕ। ਠੀਕ ਹੈ ਜੀ ਜੀ, ਰੱਬ ਸਭ ਨੂੰ ਖੁਸ਼ ਰੱਖੇ ਮਹਾਰਾਜ। ਕਿਆ ਬਾਤ ਹੈ, ਜਿਹੜੇ ਜਗਲੇ ਰਹਿਣ ਰੱਬ ਸਾਰਾ ਜੀ। ਆ ਇਮਲੀ ਤੇ ਗੋੜ ਵਾਲੀ ਚਟਨੀ ਆ ਗਈ ਹੈ ਜੀ, ਕਿਆ ਬਾਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਆਪਣਾ ਸ਼ੁਭ ਨਾਮ ਜੀ? ਜਰਨੈਲ ਸਿੰਘ ਜੀ। ਤੇ ਬਾਈ ਜੀ ਤੁਹਾਡਾ ਧੰਨਵਾਦ ਜੀ, ਤੁਸੀਂ ਪਹਿਲਾਂ ਸਮਾਂ ਦਿੱਤਾ ਸਾਨੂੰ ਜੀ। ਦੋਸਤੋ ਆ ਦੇਖੋ ਜੀ, ਇਹ ਪਕੌੜਿਆਂ ਦੀ, ਸਮੋਸੇ, ਟਿੱਕੀਆਂ ਔਰ ਸੇਵੀਆਂ ਸਾਰੀ ਦੁਕਾਨ ਹੈਗੀ ਆ, ਬਹੁਤ ਪੁਰਾਣੀ ਦੁਕਾਨ ਹੈ ਬਾਈ ਜੀ। ਕਿੰਨੀ ਦੇਰ ਹੋ ਗਈ ਇਸ ਦੁਕਾਨ ਨੂੰ ਜੀ? ਇਹ ਦੁਕਾਨ ਨੂੰ ਜੀ 73 ਸਾਲ ਹੋ ਗਏ। 73 ਸਾਲ ਹੋ ਗਏ ਜੀ। 1900 ਕਿੰਨੀ, 50 ਤੋਂ ਪਹਿਲਾਂ ਦੀ ਹੈ ਜੀ? 1948 1948 ਦੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ, ਪਿਤਾ ਜੀ ਠੀਕ ਹੈ ਜੀ, ਕੰਮ ਕਰਦੇ ਜੀ ਹਨਾ। ਕਿਆ ਬਾਤ ਹੈ, ਔਰ ਤੁਸੀਂ ਦੇਖੋ ਜੀ ਇੱਧਰ ਰੌਣਕ ਲੱਗੀ ਹੋਈ ਹੈ, ਲਗਾਤਾਰ ਸਾਰੇ ਆ ਰਹੇ ਹੈਗੇ ਆ। ਤੇ ਇਹ ਵੀ ਤੁਹਾਡੇ ਪਿਤਾ ਜੀ ਨੇ ਸ਼ੁਰੂ ਕੀਤਾ ਸੀ ਹਾਂਜੀ? ਹਾਂਜੀ ਕੰਮ। ਠੀਕ ਹੈ ਜੀ, 1948 ਸ਼ੁਰੂ ਕੀਤਾ ਤੇ ਹੁਣ 73 ਸਾਲ ਹੋ ਗਏ ਆ ਜੀ। ਹਾਂਜੀ ਠੀਕ ਹੈ ਜੀ। ਤੇ ਬਾਈ ਜੀ ਇੱਥੇ ਕੀ ਕੀ ਬਣਾਉਂਦੇ ਹੋ, ਕੀ ਕੀ ਸਾਰਿਆਂ ਨੂੰ ਖਵਾਉਂਦੇ ਹੋ ਸਾਰਾ ਦੱਸਿਓ ਜੀ? ਆਲੂ ਦੀ ਟਿੱਕੀ, ਪਕੌੜਾ ਮਿਕਸ। ਅੱਛਾ ਜੀ, ਆ ਹੈਗੇ ਆ ਜੀ ਪਕੌੜੇ ਮਿਕਸ। ਹਾਂਜੀ, ਇਹ ਆਲੂ ਪਿਆਜ ਪਾਲਕ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਇੱਧਰ ਇਹ ਆਲੂ ਟਿੱਕੀ ਹੋ ਗਈ ਜੀ, ਇਹ ਬ੍ਰੈਡ ਪਕੌੜਾ ਹੋ ਗਿਆ ਜੀ, ਇਹ ਸਮੋਸਾ ਹੋ ਗਿਆ ਜੀ। ਤੇ ਇੱਧਰ ਆ ਦੇਖੋ ਜੀ, ਆ ਪਕੌੜੀਆਂ, ਸਬਜ਼ੀ ਵਾਲੇ, ਸਬਜ਼ੀਆਂ ਬੁੰਦੀ ਸਾਰੀ, ਤੇ ਸੇਵੀਆਂ ਇੱਧਰ ਹੈਗੀ, ਸੇਵੀ ਜਿਹੜੀ ਲੂਣ ਵਾਲੀ ਵੀ ਆਪਾਂ ਕਈ ਜਗ੍ਹਾ ਕਹਿੰਦੇ ਆ। ਤੇ ਇੱਧਰ ਇੱਧਰ ਵੀ ਟਿੱਕੀਆਂ ਜੀ? ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਤੇ ਇੱਕ ਸਾਰੇ ਦੱਸ ਦੇ ਵੀ ਖਾਸ ਜਿਹੜੀ ਤੁਹਾਡੀ ਚਟਣੀ ਜਿਹੜੀ ਨਾ ਉਹ ਬੜੀ ਖਾਸ ਹੈਗੀ ਆ। ਤੇ ਇਹ ਵੀ ਮਾੜਾ ਜਿਹਾ ਚਲਾ ਕੇ ਦਿਖਾਇਓ ਜੀ। ਇਹ ਇਮਲੀ ਦੀ ਆ, ਇਮਲੀ ਦੀ ਆ, ਗੋੜਾ ਰੇ ਇਮਲੀ, ਗੋੜ ਦੇ ਇਮਲੀ ਦੀ ਆ ਜੀ। ਠੀਕ ਹੈ ਜੀ, ਕਿਆ ਹੀ ਬਾਤ ਹੈ ਜੀ। ਅੱਛਾ ਜੀ, 8 ਟਿੱਕੀਆਂ ਹੋ ਗਈਆਂ ਜੀ, 2 ਬ੍ਰੈਡ, 110 ਰੁਪਏ ਖੁੱਲੇ ਦੇ। ਤੇ ਇੱਧਰ ਲਗਾਤਾਰ ਜਿਹੜੇ ਹੈਗੇ ਆ ਪਕੌੜੇ ਨਿਕਲੀ ਜਾਂਦੇ ਆ। ਆ ਲੈ ਬੇਟਾ।
ਤੇ ਬਾਈ ਜੀ ਫਿਰ ਜਦੋਂ ਇਹ ਦੁਕਾਨ ਸ਼ੁਰੂ ਹੋਈ ਆ ਉਹ ਮਤਲਬ ਤੁਹਾਡਾ ਬਰਥ ਪਹਿਲਾਂ ਵਾ ਜਾਂ ਬਾਅਦ ਦਾ? ਬਾਅਦ ਦਾ ਜੀ। ਬਾਅਦ ਦਾ? ਅੱਛਾ ਜੀ, ਠੀਕ ਹੈ। ਤੁਹਾਡੀ ਕਿੰਨੀ ਏਜ ਹੋ ਗਈ ਜੀ? ਮੇਰੀ ਹੋ ਗਈ 65 ਸਾਲ ਦੀ। 65 ਸਾਲ ਦੀ ਏਜ ਹੋ ਗਈ ਹੈ ਜੀ। ਤੇ ਤੁਸੀਂ ਕਦੋਂ ਦੁਕਾਨ ਤੇ ਆਏ ਜੀ, ਕਿਹੜੇ ਸਾਲ ਚ? ਮੈਂ ਆਇਆ ਜੀ 1980 ਦੇ ਵਿੱਚ। 1980 ਚ ਤੁਸੀਂ ਇੱਥੇ ਆ ਗਏ ਸਾਹਮਣੇ ਕੰਮ? ਅੱਛਾ ਜੀ, ਠੀਕ। ਬੀਏ ਪਾਸ ਕਰ ਲਈ ਸੀ 80 ਦੇ ਵਿੱਚ। 1980 ਚ ਤੁਸੀਂ ਬੀਏ ਪਾਸ ਕਰ ਲਈ ਸੀ? ਹਾਂ ਜੀ। ਕੀ ਬਾਤ ਹੈ, ਮੇਰੇ ਕਿ 80 ਦੇ ਵਿੱਚ ਬੀਏ ਦਾ ਕੋਈ ਟਾਵਾ ਟਾਵਾ ਹੀ ਸੀਗਾ। ਹਾਂ ਜੀ, ਉਹੀ ਆ। ਕੀ ਬਾਤ ਹੈ ਜੀ, ਬਹੁਤ ਹੀ ਵਧੀਆ ਜੀ। ਤੇ ਹੁਣ ਫਿਰ ਇੱਥੇ ਤੁਸੀਂ ਇਕੱਲੇ ਹੁੰਦੇ ਜਾਂ ਬੱਚੇ ਫਿਰ ਨਾਲ? ਨਾਲ ਬੇਟਾ ਹੁੰਦਾ ਜੀ। ਅੱਛਾ ਜੀ, ਠੀਕ ਹੈ ਜੀ। ਹਾਂ, ਬੇਟਾ ਹੁੰਦਾ ਨਾਲ। ਠੀਕ ਠੀਕ ਹੈ ਜੀ, ਠੀਕ ਹੈ। ਤੇ ਇਹ ਫਿਰ ਸਾਰਾ ਜਿਹੜਾ ਇੱਥੇ ਬਣਾਉਂਦੇ ਹੋ ਆ ਗਏ ਸਵੇਰੇ? ਹਾਂ ਹਾਂ, ਇੱਥੇ ਤਿਆਰ ਕਰਦੇ ਹੋ? ਠੀਕ ਹੈ ਜੀ। ਤੇ ਕਿੰਨੇ ਵਜੇ ਸਵੇਰੇ ਸ਼ੁਰੂ ਹੋ ਜਾਂਦਾ ਜੀ ਸਾਰਾ? ਇਹ ਸ਼ੁਰੂ ਹੋ ਜਾਂਦਾ ਜੀ 7 ਵਜੇ ਤੋਂ। 7 ਵਜੇ ਤੋਂ ਸ਼ੁਰੂ ਹੋ ਜਾਂਦਾ? ਹਾਂ ਜੀ। ਠੀਕ ਹੈ ਜੀ, ਠੀਕ ਹੈ। ਤੇ ਕਿੰਨੇ ਵਜੇ ਤੱਕ ਰਹਿੰਦੇ? ਰਾਤ ਦੇ 8 ਵਜੇ ਤੱਕ। ਰਾਤ ਦੇ 8 ਵਜੇ ਤੱਕ, ਠੀਕ ਹੈ। 13 ਘੰਟੇ ਮਤਲਬ ਡਿਊਟੀ ਕਰਦੇ ਹੋ? ਹਾਂ ਜੀ। ਠੀਕ ਹੈ ਜੀ। ਤੇ ਇਹੀ ਪਿੰਡ ਹੈ ਤੁਹਾਡਾ ਜੀ? ਸਾਡਾ ਮਲੌਦ ਹੀ ਹੈ। ਠੀਕ ਹੈ ਜੀ। ਤੇ ਪਿੰਡ ਮਾੜਾ ਦੱਸ ਦਿਓ ਸਾਰਿਆਂ ਨੂੰ, ਕਿਹੜਾ ਹੈ ਜੀ? ਮਲੌਦ ਜੀ। ਮਲੌਦ ਪਿੰਡ ਹੈ ਜੀ, ਤਹਿਸੀਲ ਪਾਇਲ। ਤਹਿਸੀਲ ਪਾਇਲ ਤੇ ਮਲੌਦ ਪਿੰਡ ਹੈ ਜੀ। ਤੇ ਇਹ ਆਪਣੀ ਦੁਕਾਨ ਦਾ ਨਾਂ ਕੀ ਹੈ ਬਾਈ ਜੀ? ਭਾਗਾ ਪਕੌੜਿਆਂ ਦੀ ਪੁਰਾਣੀ ਮਸ਼ਹੂਰ ਹੱਟੀ ਹੈ ਜੀ। ਠੀਕ ਹੈ ਜੀ। ਤੇ ਇਹ ਇੱਧਰ ਦੇਖੋ ਜੀ, ਇਹ ਕਹਿੰਦੇ ਕਿ 1980 ਜੁਆਇਨ ਕੀਤਾ, 1948 ਦੇ ਵਿੱਚ ਇਹਨਾਂ ਦੇ ਪਿਤਾ ਜੀ ਨੇ ਸ਼ੁਰੂ ਕਰਤਾ ਸੀ ਕੰਮ। ਤੇ ਇੱਧਰ ਆ ਭੱਠੀ ਜਿਹੜੀ, ਇਹ ਉਸੇ ਟਾਈਮ ਦਾ ਹੀ ਸਾਰਾ ਸਿਸਟਮ? ਭਾਂਡੇ ਜਿਹੜੀ, ਕੜਾਈ ਸਾਰਾ ਉਸੇ ਟਾਈਮ ਦਾ ਜੀ? ਉਸੇ ਟਾਈਮ। ਠੀਕ ਹੈ ਜੀ, ਠੀਕ ਹੈ ਜੀ। ਤੇ ਇਹਨਾਂ ਨੇ 80 ਸ਼ੁਰੂ ਕੀਤਾ, ਇਹ ਪੁਰਾਣੀ ਦੁਕਾਨ ਆ। ਤੇ ਇੱਧਰ ਇਹਨਾਂ ਦੀ ਆ ਨਵੀਂ ਦੁਕਾਨ, ਇਹਨਾਂ ਦੇ ਭਤੀਜਾ ਜੀ ਵੀ ਦੇਖਦੇ ਆ। ਤੇ ਇੱਧਰ ਹੁਣ ਇਹ ਅਲੱਗ ਅਲੱਗ ਭਰਾਵਾਂ ਨੇ ਕਰ ਲਿਆ ਜੀ ਕੰਮ। ਤੇ ਬਾਈ ਜੀ, ਕੀ ਰੇਟ ਕੀ ਹੁੰਦੇ ਆ ਜਿੱਦਾਂ ਮਿਕਸ ਪਕੌੜਾ, ਕੀ ਰੇਟ ਹੈਗਾ ਜੀ? ਇਹ 200 ਰੁਪਏ ਕਿਲੋ ਆ ਜੀ। ਇਹ 200 ਰੁਪਏ ਕਿਲੋ ਆ? ਹਾਂਜੀ। ਤੇ ਜਿਹੜੀ ਇੱਧਰ ਆ ਟਿੱਕੀ ਆਲੂ ਦੀ? 10 ਰੁਪਏ ਦਾ ਪੀਸ ਆ ਜੀ। 10 ਰੁਪਏ ਦਾ ਪੀਸ ਹੈ ਜੀ ਆਲੂ ਦੀ ਟਿੱਕੀ ਦਾ। ਤੇ ਜਿਹੜਾ ਬ੍ਰੈਡ ਪਕੌੜਾ ਹੈ ਜੀ? ਇਹ 15 ਰੁਪਏ ਦਾ ਜੀ। ਬ੍ਰੈਡ ਪਕੌੜਾ 15 ਰੁਪਏ ਦਾ, ਔਰ ਸਮੋਸਾ ਜੀ? 10 ਰੁਪਏ ਦਾ ਜੀ। 10 ਰੁਪਏ ਦੇ ਵਿੱਚ, ਠੀਕ ਹੈ ਜੀ, ਠੀਕ ਹੈ ਜੀ। ਕੀ ਬਾਤ ਹੈ ਜੀ। ਆ ਲਓ ਜੀ, ਇੱਧਰ ਦੇਖੋ ਜੀ, ਬ੍ਰੈਡ ਪਕੌੜਾ ਤੇ ਟਿੱਕੀ ਲੱਗੀ ਜਾਂਦੀ ਆ। ਤੇ ਤੁਸੀਂ ਫਿਰ ਮਤਲਬ ਪਿਤਾ ਜੀ ਤੋਂ ਸਿੱਖਿਆ ਹੈ ਕੰਮ? ਹਾਂਜੀ। ਤੇ ਇਵੇਂ ਰੱਖੀ ਆ ਦੁਕਾਨ ਪੁਰਾਣੀਆਂ ਦੀ? ਚੁੱਲ੍ਹਾ ਬਾਲਦੇ ਆ, ਗੈਸ ਬਾਲਦੇ ਨਹੀਂ। ਠੀਕ ਹੈ। ਚੁੱਲ੍ਹੇ ਤੇ ਸਾਰਾ ਦੇਖੋ ਆ, ਭੱਠੀ ਆ, ਇੱਥੇ ਕੰਮ ਸਾਰਾ ਹੁੰਦਾ ਹੈ ਜੀ। ਤੇ ਪੁਰਾਣਾ 73 ਸਾਲ ਪੁਰਾਣਾ ਹੈ ਅੱਡਾ ਜੀ। ਹਾਂਜੀ। ਕੀ ਬਾਤ ਹੈ ਜੀ, ਬਹੁਤ ਹੀ ਵਧੀਆ। ਆਪਣੇ ਦੇਖੋ ਜੀ, ਪੰਜਾਬ ਦੇ ਪੁਰਾਣੇ ਇਹ ਕਿੱਤੇ ਹੈਗੇ ਆ ਜਿਹੜੇ ਕਿ ਬਾਈ ਜੀ ਹੋਣੀ ਸਾਂਭਿਆ ਹੋਇਆ। ਔਰ ਫਿਰ ਇਹਦਾ ਮਤਲਬ ਜੇ ਤੁਹਾਡੇ ਬੇਟਾ ਜੀ ਇੱਥੇ ਆ ਗਏ ਆ, ਅੱਜ ਨਹੀਂ ਹੈਗੇ ਨਾ? ਹਾਂਜੀ। ਤੇ ਮਤਲਬ ਤੀਜੀ ਪੀੜ੍ਹੀ ਆ ਗਈ ਇਸ ਕੰਮ 'ਚ ਜੀ? ਤੀਜੀ ਪੀੜ੍ਹੀ ਆ ਗਈ ਇਸ ਕੰਮ 'ਚ? ਹਾਂ, ਤੀਜੀ ਪੀੜ੍ਹੀ। ਤੀਜੀ ਪੀੜ੍ਹੀ ਆ ਗਈ ਹੈ ਜੀ, ਇਹਨਾਂ ਦੇ ਬੇਟਾ ਜੀ ਵੀ ਇੱਥੇ ਇਹਨਾਂ ਨੂੰ ਨਾਲ ਹੁੰਦੇ ਆ। ਤੇ ਉਹ ਅੱਜ ਇੱਥੇ ਨਹੀਂ ਹੈਗੇ, ਅੱਜ ਗੈਰ ਹਾਜ਼ਰ ਹੈ। ਚਲੋ, ਤੇ ਕੀ ਬਾਤ ਹੈ, ਰੰਗਤ ਹੀ ਤੁਸੀਂ ਦੇਖੋ ਜੀ ਪਕੌੜਿਆਂ ਦੀ, 73 ਸਾਲ ਪੁਰਾਣੇ ਪਕੌੜੇ ਦੀ, ਕੀ ਹੀ ਬਾਤ ਹੈ। ਮਹਾਂ ਮੇਰੇ ਡੈਡੀ ਹੁਣ ਬਹੁਤ ਟਾਈਮ ਦੇ ਆਉਂਦੇ ਇਹਨਾਂ ਕੋਲੇ। ਅੱਛਾ, ਹਾਂਜੀ ਹਾਂਜੀ। ਯਾਨੀ ਕਿ 10-20 ਸਾਲ ਦਾ ਹੋ ਗਿਆ ਉਹਨਾਂ ਨੂੰ ਆਉਂਦਿਆਂ ਨੂੰ। ਅੱਛਾ ਜੀ। 6-7 ਸਾਲ ਮੈਨੂੰ ਹੋ ਗਿਆ ਉਹਨਾਂ ਨੂੰ। ਅੱਛਾ ਜੀ। ਇੱਥੇ ਹੀ ਆਉਂਦਾ ਸਮਾਨ ਪੱਕਾ, ਜੋ ਵੀ ਇੱਥੇ ਜਾਂਦਾ ਜੀ। ਤੇ ਸਾਰੇ ਮਲੌਦ ਦੇ ਵਿੱਚ ਮਤਲਬ ਮਸ਼ਹੂਰ ਹੈ ਜੀ ਇਹ ਦੁਕਾਨ? ਭਾਗੇ ਦੁਕਾਨ ਦਾ ਨਾਮ ਲੈ ਕੇ ਦੇ ਰਹੇ ਜੋ ਮਰਜ਼ੀ। ਠੀਕ ਹੈ ਜੀ। ਤੇ ਇਹ ਪਕੌੜੇ ਕਿੰਨੀ ਵਾਰ ਕੱਢਣੇ ਪੈਂਦੇ, ਕੀ ਕਹਿ ਰਹੇ ਸੀ? 3000 ਵਾਰ ਹੋ ਜਾਂਦੀ ਤੇ ਤੀਜਾ ਚੌਥਾ ਹੱਲਾ ਹੋ ਜਾਂਦਾ। ਅੱਛਾ ਜੀ। ਦੇਖੋ ਜੀ, ਮੁੰਡਾ ਕਹਿੰਦਾ, ਨੌਜਵਾਨ ਕਹਿੰਦਾ ਵੀ 3-4 ਹੱਲੇ ਕਰਨੇ ਪੈਂਦੇ ਆ, ਇੰਨਾ ਲੱਗਦੇ ਪਕੌੜੇ, ਇੰਨੇ ਮਸ਼ਹੂਰ ਹੈਗੇ ਆ ਜੀ। ਕਮਾਲ ਕੀਤੀ ਹੋਈ ਆ ਜੀ, ਰੌਣਕ ਲੱਗੀ ਹੋਈ ਆ। ਠੀਕ ਹੈ ਵੀਰੇ, ਥੈਂਕ ਯੂ ਜੀ, ਧੰਨਵਾਦ। ਓਕੇ ਓਕੇ। 40 ਸਾਲ ਤੋਂ ਇੱਥੇ ਆ ਰਹੇ ਹਾਂ ਜੀ। ਤੁਸੀਂ 40 ਸਾਲ ਤੋਂ ਇੱਥੇ ਆ ਰਹੇ ਜੀ? ਠੀਕ ਹੈ ਜੀ। ਭਾਗਾ ਪਕੌੜਿਆਂ ਵਾਲੇ ਦੇ ਨਾਂ ਤੇ? ਭਾਗਾ ਪਕੌੜੇ ਵਾਲੇ ਮਸ਼ਹੂਰ ਹੈ ਜੀ, ਇੱਥੇ ਪਿੰਡ ਆਏ ਤੇ ਸਾਰਿਆਂ ਨੂੰ ਦੱਸਿਆ ਕਿ ਪਕੌੜੇ ਵਾਲੇ ਭਾਗੇ ਪਕੌੜੇ ਵਾਲੇ ਦੀ ਦੁਕਾਨ ਤੇ ਜਾਓ ਜੀ। ਹਾਂ ਜੀ। ਤੇ ਆਪਣਾ ਪਿੰਡ ਕਿਹੜਾ ਜੀ? ਆਪਣਾ ਪਿੰਡ ਛਾਪਰ ਹੈ ਜੀ। ਛਾਪਰ ਹੈ? ਅੱਛਾ ਜੀ। ਤੇ 40 ਸਾਲ ਤੋਂ ਇੱਥੇ ਆ ਰਹੇ ਹਾਂ ਜੀ? ਹਾਂ ਜੀ। 28 ਕਿਲੋਮੀਟਰ ਹੈ ਜੀ ਸਾਡਾ ਪਿੰਡ ਇੱਥੋਂ। ਇੱਥੋਂ 28 ਕਿਲੋਮੀਟਰ ਪੈਂਦਾ ਹੈ ਕਿਲੋਮੀਟਰ ਹੈ ਜੀ। ਤੇ ਪਕੌੜੇ ਇੱਥੋਂ ਲੈ ਕੇ ਜਾਣੇ ਆ ਜੀ? ਜਦੋਂ ਆਉਂਦੇ ਆ ਲੈ ਕੇ ਜਾਣੇ। ਕੀ ਬਾਤ ਹੈ ਜੀ, ਠੀਕ ਹੈ ਜੀ। ਆ ਦੋਸਤੋ ਦੇਖੋ ਜੀ, ਆਪਣੀ ਪਲੇਟ ਵੀ ਲਾਤੀ ਬਾਈ ਜੀ ਨੇ। ਆ ਮਿਕਸ ਪਕੌੜੇ ਲਾਤੇ ਆ ਜੀ, ਪਿਆਜ਼, ਪਾਲਕ ਤੇ ਹੋਰ ਕਿਹੜੇ ਕਿਹੜੇ ਆ ਜੀ ਇਹਦੇ ਵਿੱਚ ਜੀ?
ਖਜਾਨਾ ਰੱਖਿਆ ਜੀ ਖਟਿਆਈ ਹੈਗੀ ਇਮਲੀ ਦੇ ਗੁੜ ਦੀ ਜੀ ਠੀਕ ਹੈ ਜੀ ਠੀਕ ਹੈ ਕਿਆ ਬਾਤ ਹੈ ਜੀ ਤੇ ਦੋਸਤੋ ਮਲੌਦ ਦੇ ਵਿੱਚ ਭਾਗਾ ਪਕੌੜਿਆਂ ਵਾਲਿਆਂ ਦੇ ਨਾਲ ਇੱਧਰ ਇੱਕ ਬਹੁਤ ਹੀ ਪੁਰਾਣੀਆਂ ਦੁਕਾਨਾਂ ਦੋ ਹੈਗੀਆਂ ਜੀ ਕੱਪੜੇ ਦੀਆਂ ਤੇ ਆਪਾਂ ਇੱਧਰ ਵੀ ਬਾਪੂ ਜੀ ਹੁਣਾਂ ਨਾਲ ਮਿਲਾਉਂਦੇ ਹਾਂ ਜੀ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਾਪੂ ਜੀ 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 ਬਾਪੂ ਜੀ ਆਪਣੀ ਕਿੰਨੀ ਦੇਰ ਪੁਰਾਣੀ ਦੁਕਾਨ ਹੈ ਜੀ ਤਕਰੀਬਨ 65 ਸਾਲ ਤੋਂ ਹੈਗੀ ਆ ਜੀ 65 ਸਾਲ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਲਗਭਗ 1960 ਤੋਂ ਪਹਿਲਾਂ ਦੀ ਹੈ ਜੀ ਹਾਂ ਜੀ 60 ਤੋਂ ਠੀਕ ਹੈ ਜੀ ਠੀਕ ਹੈ ਤੇ ਕਿਵੇਂ ਚੱਲਦਾ ਕੰਮ ਜੀ ਕੰਮ ਠੀਕ ਆਈ ਜਾਂਦਾ ਜੀ ਆਪਣੇ ਕਰਨ ਤੋਂ ਬਾਅਦ ਆਈ ਜਾਂਦਾ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਤੇ ਆਪ ਹੀ ਸਿਲਾਈ ਕਰਦੇ ਹੋ ਹਾਂ ਜੀ ਆਪ ਹੀ ਸਿਲਾਈ ਆਪੇ ਬਾਕੀ ਕਰਨਾ ਜੀ ਸਾਰਾ ਠੀਕ 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 ਹੈ ਜੀ ਤੇ ਕਿੱਦਾਂ ਮਤਲਬ ਇਹ ਜੈਂਟਸ ਹੈ ਕਿ ਲੇਡੀਜ਼ ਵੀ ਕਰਦੇ ਹੋ ਕਿੱਦਾਂ ਪਹਿਲਾਂ ਜੈਂਟਸ ਲੇਡੀਜ਼ ਵੀ ਕਰਿਆ ਜੀ ਬਹੁਤ ਹੁਣ ਤਕਰੀਬਨ ਆਹ ਬੁਟੀਕ ਵਾਲੇ ਜੀ ਹਾਂਜੀ ਹਾਂਜੀ ਕਹਿੰਦਾ ਇਹਦੇ ਨਾਲ ਸਾਡਾ ਕੰਮ ਦਾ ਬਹੁਤ ਫਰਕ ਪੈ ਗਿਆ ਜੀ ਜੀ ਤੇ ਬਾਕੀ ਹੁਣ ਅਸੀਂ ਜੈਂਟਸ ਤੇ ਕਰਦੇ ਹਾਂ ਜੀ ਜੇ ਕੋਈ ਆ ਵੀ ਜਾਵੇ ਐਮਰਜੈਂਸੀ ਉਹ ਕਰਨਾ ਪੈਂਦਾ ਕਿਆ ਬਾਤ ਹੈ ਕਦੀ ਆਹ ਪੁਰਾਣੀ ਲੁੱਕ ਹੈ ਦੇਖੋ ਤੁਸੀਂ ਦੇਖ ਸਕਦੇ ਹਾਂ ਪੁਰਾਣੇ ਆਪਣੇ ਬਾਜ਼ਾਰਾਂ ਦੀ ਲੁੱਕ ਹੈ ਜੀ ਆਹ ਪੂਰੀ ਦੇਖ ਸੇ ਦੇਖ ਸਕਦੇ ਹਾਂ ਇੱਧਰਲਾ ਸ਼ਟਰ ਅੰਦਰ ਹੀ ਹਾਲੇ ਆ ਸ਼ਟਰ ਬਾਪੂ ਜੀ ਨੇ ਬਾਹਰ ਕੱਢ ਲਿਆ ਜੀ ਠੀਕ ਹੈ ਜੀ ਇਹ ਪੁਰਾਣੇ ਬਾਜ਼ਾਰ ਹੈ ਆਪਣੇ ਤੇ ਹੋਰ ਮਲੌਦ ਪਿੰਡ ਦੀ ਕੋਈ ਹੋਰ ਖਾਸ ਗੱਲ ਜੀ ਮਲੌਦ ਦਾ ਸਰਦਾਰ ਮਲੌਦ ਦੇ ਦਰਵਾਜ਼ੇ ਦੇ ਵਿੱਚ ਬੈਠੇ ਜੀ ਇਹਨਾਂ ਦੀ ਦੁਕਾਨਾਂ ਨੇ ਜੀ ਅੱਛਾ ਜੀ ਠੀਕ ਹੈ ਸਰਦਾਰ ਸਾਹਿਬ ਨੇ ਜੀ ਇਹ ਠੀਕ ਹੈ ਜੀ ਹਾਂਜੀ ਇਹਨਾਂ ਦੀ ਆਪਣੇ ਮੇਨ ਬਾਜ਼ਾਰ ਦੇ ਵਿੱਚ ਬੈਠੇ ਠੀਕ ਹੈ ਜੀ ਮੇਨ ਬਾਜ਼ਾਰ 'ਚ ਹੈ ਕਹਿੰਦੇ ਆ ਪੁਰਾਣਾ ਦਰਵਾਜ਼ਾ ਹੈ ਜੀ ਆ ਤੁਸੀਂ ਦੇਖ ਸਕਦੇ ਆ ਪੁਰਾਣਾ ਗੇਟ ਉਹਦੇ ਵਿੱਚ ਬੈਠੇ ਨੇ ਜੀ ਤੇ ਇਹ ਵੀ 60 ਸਾਲ ਤੋਂ ਪੁਰਾਣੇ ਹੈਗੇ ਇੱਥੇ ਬੈਠੇ ਤੇ ਕਿੰਨੀ ਉਮਰ ਹੋ ਗਈ ਹੋਊਗੀ ਬਾਬਾ ਜੀ ਮੇਰੀ ਆਪਣੀ 67 ਸਾਲ ਦੀ ਉਮਰ ਹੈ ਜੀ 67 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਕੀ ਬਾਤ ਹੈ ਜੀ ਤੇ ਬਾਪੂ ਜੀ ਦਾ ਸਿਲਾਈ ਦੇ ਵਿੱਚ ਕੋਈ ਬਦਲਾਅ ਵੀ ਆਇਆ 60 ਸਾਲ ਪਹਿਲਾਂ ਤੇ ਹੁਣ ਕਿਦਾਂ ਫਰਕ ਪਿਆ ਹਾਂਜੀ ਹਾਂਜੀ ਹਾਂ ਪਹਿਲਾਂ ਵਾਲੇ ਹਿਸਾਬ ਦੇ ਨਾਲ ਛੱਡ ਕੇ ਓਲਡ ਸਟਾਈਲ ਹੋ ਗਿਆ ਉਹ ਹੁਣ ਨਿਊ ਸਟਾਈਲ ਦੇ ਹਿਸਾਬ ਦੇ ਨਾਲ ਵੀ ਕਰਦੇ ਆਂ ਜੀ ਸਾਰਾ ਠੀਕ ਠੀਕ ਹੈ ਜੀ ਨਵਾਂ ਪੁਰਾਣਾ ਹਰੇਕ ਸਟਾਈਲ ਬਣਾ ਦਿੰਦੇ ਹੋ ਗਾਹਕ ਦੀ ਚੁਆਇਸ ਹੈ ਜੀ ਗਾਹਕ ਦੀ ਚੁਆਇਸ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਇਹ ਬੜਾ ਨਿਗਾਹ ਦਾ ਕੰਮ ਹੈ ਜੀ ਵੈਸੇ ਬਹੁਤ ਨਿਗਾਹ ਦਾ ਕੰਮ ਹੈ ਜੀ ਮੇਰੀ ਨਿਗਾਹ ਬਿਲਕੁਲ ਠੀਕ ਹੈ ਜੀ ਅੱਛਾ ਜੀ ਤੇ ਇਹਦਾ ਰਾਜ਼ ਜੀ ਦੇਖ ਲਓ ਅਸੀਂ ਇਕਣਾ ਹੀ ਕੋਈ ਨਜ਼ਾ ਪਤਾ ਜਮਾਂ ਬਿਲਕੁਲ ਨਹੀਂ ਖਾਣਾ ਜੀ 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 ਸਾਦਾ ਖਾਣਾ ਜੀ ਸਾਦੀ ਖੁਰਾਕ ਘਰ ਦੀ ਖੁਰਾਕ ਠੀਕ ਹੈ ਜੀ ਠੀਕ ਜੀ ਅਮਰਤਾਰੀ ਆ ਜੀ ਠੀਕ ਹੈ ਜੀ ਅਮਰਤਾਰੀ ਹੋ ਤੁਸੀਂ ਠੀਕ ਹੈ ਜੀ ਸਾਬੀ ਅਮਰਤਾਰੀ ਮੈਂ ਵੀ ਬਹੁਤ ਪਰਿਵਾਰ ਹੈ ਅਮਰਤਾਰੀ ਆ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਹੋਰ ਫਿਰ ਨੌਜਵਾਨਾਂ ਲਈ ਕੁਝ ਸੁਨੇਹਾ ਜੀ ਹਾਂਜੀ ਨੌਜਵਾਨਾਂ ਨੂੰ ਬੜੀ ਤੰਦਰੁਸਤੀ ਰਹਿਣ ਜੀ ਆਪਣੇ ਆਉਣ ਵਾਲੀ ਜਨਰੇਸ਼ਨ ਜੀ 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 ਦੇਖੋ ਜੀ ਸਾਰਿਆਂ ਦੇ ਲਈ ਭਲਾ ਮੰਗਦੇ ਨੇ ਸਰਪੰਚ ਦਾ ਭਲਾ ਜਿਹੜਾ ਆਪਣਾ ਸਾਰਾ ਪੰਜਾਬ ਹੀ ਮੰਗਦਾ ਸਵੇਰੇ ਅਰਦਾਸ ਦੇ ਵਿੱਚ ਵੀ ਇਹੀ ਮੰਗਦਾ ਜੀ 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 ਮਹਾਰਾਜ ਤੰਦਰੁਸਤੀ ਬਖਸ਼ੀ ਜੀ 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 ਵੱਡੀ ਦਾਤ ਇਹੀ ਹੈ ਜੀ 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 ਧੰਨਵਾਦ ਬਾਬਾ ਜੀ ਧੰਨਵਾਦ ਜੀ ਦੇਖੋ ਜੀ ਇਹੀ ਹੈ ਕਿ ਆਪਾਂ ਪਿੰਡਾਂ ਚ ਜਦੋਂ ਜਾਂਦੇ ਆ ਤੇ ਦੇਖੋ ਪੁਰਾਣੇ ਸਾਡੇ ਕਿੱਤੇ ਵੀ ਸੰਭਾਲੇ ਹੋਏ ਆ ਇਹਨਾਂ ਸਾਰਿਆਂ ਨੇ ਤੇ ਸਾਨੂੰ ਬੜੀ ਖੁਸ਼ੀ ਦੇ ਨਾਲ ਮਤਲਬ ਪੱਬਾ ਭਾਰ ਹੋ ਕੇ ਮਿਲਦੇ ਨੇ ਔਰ ਬਹੁਤ ਹੀ ਸਾਰਿਆਂ ਦਾ ਚੰਗਾ ਚਾਹੁੰਦੇ ਨੇ ਜੀ ਧੰਨਵਾਦ ਜੀ ਹੋਰ ਕੋਈ ਖਾਸ ਗੱਲ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ ਸਭ ਖੁਸ਼ ਰੱਖੇ ਰੱਬ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਮਿਹਰਬਾਨੀ ਇਹ ਦੋਸਤੋ ਪਿੰਡ ਮਲੌਦ ਹੈਗਾ ਜੀ ਭਾਗੇ ਦੀ ਪੁਰਾਣੀ ਪਕੌੜਿਆਂ ਦੀ ਹੱਟੀ ਜੀ
ਤੇ ਜਰਨੈਲ ਸਿੰਘ ਬਾਈ ਜੀ ਹੁਣੀ ਹਿੰਦੇ ਬੈਠਦੇ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ, ਇਹਨਾਂ ਦਾ ਸਾਰਾ ਸੈਟਅਪ ਹੈਗਾ ਆ ਤੇ ਪਹਿਲ ਤਹਿਸੀਲ ਹੈ ਜੀ ਮਲੇਰਕੋਟਲੇ ਤੋਂ ਜਦੋਂ ਤੁਸੀਂ ਪਹਿਲ ਨੂੰ ਜਾਣਾ ਰਸਤੇ ਜਾਣੀ ਆ ਜੀ। ਹਾਂਜੀ। ਤੇ ਆਹ ਚੌਂਕ ਹੈਗਾ ਜੀ, ਚੌਂਕ ਦੇ ਵਿੱਚ ਹੀ ਤੁਸੀਂ ਤੁਹਾਨੂੰ ਇੱਥੇ ਅੰਦਰ ਜਦੋਂ ਬਾਜ਼ਾਰ ਦੇ ਵਿੱਚ ਆਪਾਂ ਐਂਟਰ ਕਰਨਾ ਤੇ ਉੱਥੇ ਤੁਹਾਨੂੰ ਮਿਲ ਜਾਣੇ ਹੈਗੇ ਆ ਬਾਈ ਜੀ ਹੁਣੀ। ਬਹੁਤ ਹੀ ਵਧੀਆ, ਦੇਖੋ ਪੰਜਾਬ ਦੇ ਅੰਦਰ ਜਿਹੜੇ ਛੋਟੇ ਕਸਬੇ ਜਾਂ ਪਿੰਡ ਆ ਉੱਥੇ ਵੀ ਸਾਨੂੰ ਵਧੀਆ ਖਾਣਾ ਜਿਹੜਾ ਆ, ਵਧੀਆ ਸਾਡੇ ਪੁਰਾਣਾ ਜਿਹੜੇ ਅੱਡੇ ਹੈਗੇ ਆ ਉਹ ਮਿਲ ਜਾਂਦੇ। ਤੇ ਇੱਥੇ ਵੀ ਆਓ ਜਦੋਂ ਆਪਾਂ ਵੱਡੇ ਸ਼ਹਿਰਾਂ 'ਚ ਆਉਂਦੇ ਹਾਂ ਤੇ ਬਾਈ ਜੀ ਹੁਣਾਂ ਦੀ ਵੀਡੀਓ ਜਿਹੜੀ ਸ਼ੇਅਰ ਕਰ ਦਿਓ, ਸਾਰਿਆਂ ਤੱਕ ਪਹੁੰਚਾ ਦਿਓ। ਇੱਕ ਪੁਰਾਣਾ ਸਵਾਦ 73 ਸਾਲ ਪੁਰਾਣਾ ਸਵਾਦ ਸਾਡੇ ਕੋਲ ਲੈ ਕੇ ਬੈਠੇ ਨੇ। ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੇ ਹਾਲੇ ਤੱਕ ਨਹੀਂ ਕੀਤਾ, ਬੈੱਲ ਵਾਲਾ ਸੱਚ ਦੱਬ ਦਿਓ ਤਾਂ ਕਿ ਤੁਹਾਨੂੰ ਇੱਦਾਂ ਹੀ ਸਾਰੇ ਵਧੀਆ ਸਵਾਦ ਔਰ ਵਧੀਆ ਖਾਣਾ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਥੈਂਕ ਯੂ, ਧੰਨਵਾਦ।